ਕਮੇਟੀ ਟੈਕਨੀਸ਼ੀਅਨ। ਹਾਂਜੀ ਮੈਂ ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੰਗਠਨ ਸਕੱਤਰ। ਸਰ ਸਾਹਿਬ ਕਿੱਦਾਂ ਦੇਖ ਰਹੇ ਹੋ ਕੇਜਰੀਵਾਲ ਵੱਲੋਂ ਉਲਟਾ ਬਿਆਨ ਦਿੱਤਾ ਗਿਆ ਕਿ 300 ਜੂਨ ਤੋਂ ਮਾਫ ਕੀਤੀ ਜਾਏਗੀ ਜਿਹੜੇ ਪੁਰਾਣੇ ਬਿੱਲ ਵੀ ਮਾਫ ਕੀਤੇ, ਕਿੱਦਾਂ ਸਟੈਂਡ ਦੇਖ ਰਹੇ? ਦੇਖੋ ਜੀ ਸਾਨੂੰ ਮਾਫੀਆਂ ਨੂੰ ਪਹਿਲਾਂ ਕਿਸਾਨਾਂ ਮਜ਼ਦੂਰਾਂ ਨਾਲ ਮਾਫੀਆਂ ਨੂੰ ਖਾ ਗਏ ਆ ਇਹ ਲੋਕ, ਸਾਨੂੰ ਮਾਫੀਆਂ ਨੇ ਜਿਹੜੀਆਂ ਸਾਨੂੰ ਸਾਡੇ ਹੱਕ ਚਾਹੀਦੇ ਆ, ਸਾਨੂੰ 300 ਯੂਨਿਟ, ਸਾਨੂੰ 200 ਯੂਨਿਟ, ਸਾਨੂੰ ਫ੍ਰੀ ਬਿਜਲੀ ਨਾਲ ਕੋਈ ਮਤਲਬ ਨਹੀਂ। ਜੇ ਕੇਜਰੀਵਾਲ ਦਿੰਦਾ ਵਾ ਤੇ ਅਸਲ ਕਾਰਪੋਰੇਟ ਜਗ ਦਾ ਉਹ ਵੀ ਹਿੱਸਾ ਵਾ, ਉਹ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਵੇ, ਉਹਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਤੇ ਸਾਡੇ ਮਜ਼ਦੂਰਾਂ ਨੂੰ ਦਿਹਾੜੀ ਮਿਲੇ, ਅਸੀਂ ਬਿੱਲ ਭਰ ਲਾਂਗੇ, ਅਸੀਂ ਕੋਈ ਮੰਗਤੇ ਨਹੀਂ ਗੇ ਦਾਤੇ ਅਸੀਂ। ਪਰ ਇਹ ਛੋਟੀਆਂ ਛੋਟੀਆਂ ਛੂਟਾਂ ਦੇ ਵਿੱਚ ਸਾਨੂੰ ਇਲਜਾ ਕੇ ਜਿਹੜੇ ਆਪਣੀਆਂ ਵੋਟਾਂ ਮਟੋਰਨੀਆਂ ਚਾਹੁੰਦੇ ਆ ਉਹਦਾ ਭੁਲੇਖਾ ਕੱਢ ਦੇਣ। ਕਿਸਾਨ ਤੇ ਮਜ਼ਦੂਰ ਬਹੁਤ ਅਵੇਅਰ ਹੋ ਚੁੱਕਾ ਵਾ, ਇਹਨਾਂ ਨੂੰ ਪਤਾ ਲੱਗ ਚੁੱਕਾ ਹੁਣ ਵੀ ਸਾਡਾ ਨੁਕਸਾਨ ਕਿੱਡਾ ਵੱਡਾ ਹੋ ਰਿਹਾ ਵਾ। ਸਾਨੂੰ 200 ਯੂਨਿਟ ਦੇ ਕੇ ਮਜ਼ਦੂਰਾਂ ਨੂੰ ਤੇ ਸਾਡੇ ਮਜ਼ਦੂਰ ਦੀ 500 ਰੁਪਇਆ ਦਿਹਾੜੀ ਜਿਹੜੀ ਉਹ 300 ਆ, 200 ਰੁਪਇਆ ਇੱਕ ਦਿਨ ਦਾ ਫਰਕ ਪੈ ਰਿਹਾ ਵਾ, 6000 ਰੁਪਇਆ ਇੱਕ ਮਹੀਨੇ ਦਾ, 72000 ਰੁਪਇਆ ਇੱਕ ਮਜ਼ਦੂਰ ਨੂੰ ਸਾਲ ਦਾ ਘਾਟਾ ਪੈ ਰਿਹਾ। ਸਾਡੀ ਇਹ ਲੁੱਟ ਮਚਾ ਰਿਹਾ ਔਰ ਇਸੇ ਤਰ੍ਹਾਂ ਸਾਡੇ ਫਸਲਾਂ 'ਚ 50% ਮੁਨਾਫਾ ਜੋੜ ਕੇ ਭਾਅ ਦੇਣ ਦੀ ਗੱਲ ਵਾ। ਇਸ ਕਰਕੇ ਕਹਿੰਦੇ ਹਾਂ ਵੀ ਕੋਈ ਕੇਜਰੀਵਾਲ ਆ ਜੇ, ਸਮਾਂ ਕੈਪਟਨ ਨੇ ਬਥੇਰੀਆਂ ਕਰਦੀਆਂ, ਬਾਦਲ ਬਹੁਤ ਖਾਊਗਾ, ਪਰ ਹੁਣ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨੇਗੇ। ਜੇ ਕਿਤੇ ਸੱਚੀ ਮੁੱਚੀ ਇਹ ਲੋਕਾਂ ਦੇ ਚੇਤੇ ਆ ਤਾਂ ਫਿਰ 300 ਯੂਨਿਟ ਦੀ ਗੱਲ ਕਰਨ ਨਾਲੋਂ, ਆਪਣਾ ਕਰਜ਼ਾ ਮਾਫੀ ਦੀ ਗੱਲ ਕਰਨ ਨਾਲੋਂ ਪਹਿਲਾਂ ਖੇਤੀ ਕਾਨੂੰਨ ਵਾਲੇ ਪਾਸੇ ਆਉਣ ਵੀ ਇਹਨਾਂ ਨੂੰ ਰੱਦ ਕਰਵਾਉਣ। ਅਸਲ ਦੇ ਵਿੱਚ ਇਹ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਇਹ ਕਾਰਪੋਰੇਟ ਜਗ ਦੇ ਗੋਡੇ ਥੱਲੇ ਧੌਣ ਦੇ ਕੇ ਬੈਠੀਆਂ ਵਾ, ਸਾਰੇ ਰਲੇ ਹੋਏ ਤਦੇ ਕਰਕੇ ਮੂੰਹ ਨਹੀਂ ਖੋਲ ਰਹੇ। ਕਾਰਪੋਰੇਟ ਜਗ ਦੇ ਸਥਾਪਿਤ ਹੋ ਰਿਹਾ ਅਤੇ ਉਹਦੇ 'ਤੇ ਸਾਰੀਆਂ ਸਿਆਸੀ ਧਿਰਾਂ ਜ਼ਿੰਮੇਵਾਰ ਨੇ। ਪਰ ਕੇਜਰੀਵਾਲ ਨੂੰ ਕਹੇ ਪੰਜਾਬ ਮੈਂ ਖੁਸ਼ਹਾਲ ਕਰ ਦੂੰਗਾ, ਹਰਿਆਲੀ ਨੇ ਕਰ ਦੂੰਗਾ। ਵੇਖੋ ਜੀ ਦਿੱਲੀ ਦੇ ਵਿੱਚ ਅਸੀਂ ਬੈਠੇ ਹਾਂ 7 ਮਹੀਨੇ ਤੋਂ ਜਾ ਕੇ, ਜਿਹੜੀਆਂ ਗਲੀਆਂ ਦੇ ਵਿੱਚ ਅਸੀਂ ਲੰਘ ਕੇ ਆਏ ਹਾਂ ਉਹ ਲੰਘ ਕੇ ਜਾਂਦੇ ਹਾਂ, ਉਹ ਗਲੀਆਂ ਨਰਕ ਦਾ ਰੂਪ ਧਾਰੀ ਬੈਠੀਆਂ ਵਾਂ। ਕੀ ਖੁਸ਼ਹਾਲੀ ਆ, ਸਭ ਤੋਂ ਵੱਧ ਮੌਤਾਂ ਕੋਰਟ ਦੇ ਨਾਂ 'ਤੇ ਦਿੱਲੀ ਦੇ ਵਿੱਚ ਹੋਈਆਂ, ਕਿਹੜੀ ਖੁਸ਼ਹਾਲੀ ਆ? ਅਸੀਂ ਕਹਿਣਾ ਚਾਹੁੰਦੇ ਵੀ ਇਹ ਖੁਸ਼ਹਾਲੀ ਨਹੀਂ ਗੀ, ਖੁਸ਼ਹਾਲੀ ਤਾਂ ਹੋਊਗੀ ਜੇ ਲੋਕ ਆਤਮ ਨਿਰਭਰ ਹੋਣਗੇ, ਲੋਕਾਂ ਦਾ ਆਰਥਿਕ ਪੱਧਰ ਜਿਹੜਾ ਮਜ਼ਬੂਤ ਹੋਊਗਾ। ਅਤੇ ਆਰਥਿਕ ਪੱਧਰ ਮਜ਼ਬੂਤ ਕਰਨ ਵਾਸਤੇ 500 ਰੁਪਇਆ ਮਜ਼ਦੂਰ ਦੀ ਦਿਹਾੜੀ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਜ਼ਰੂਰੀ ਆ, ਕਿਉਂਕਿ ਖੇਤੀ ਪ੍ਰਧਾਨ ਦੇਸ਼ ਆ। ਹਾਂਜੀ ਆਪਣਾ ਨਾਮ ਦੱਸ ਕੇ ਕਿਹੜੇ ਕਿਸਾਨ? ਮੈਂ ਗੁਰਭਜਨ ਸਿੰਘ ਚੱਬਾ ਜੀ, ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਚੀਫ ਬਾਰਡਰ ਜ਼ੋਨ ਪਾਵਰਕਾਮ ਦੇ ਦਫ਼ਤਰ ਦੇ ਮੂਹਰੇ ਜਿਹੜਾ ਵਾ ਅਸੀਂ ਧਰਨਾ ਲਾ ਕੇ ਬੈਠੇ, ਕਿਉਂਕਿ ਸਾਡਾ ਬਿਜਲੀ ਨਾਲ ਸੰਬੰਧਿਤ ਭਖਵੀਆਂ ਮੰਗਾਂ ਸਾਡੀਆਂ ਜਿਹੜੀਆਂ ਵਾ ਬਹੁਤ ਮੁਸ਼ਕਲ ਪੈਦਾ ਸਾਨੂੰ ਖੜੀ ਹੋਈ, ਪੈਡੀ ਦਾ ਸੀਜ਼ਨ ਆ ਅਤੇ ਕੈਪਟਨ ਸਰਕਾਰ ਨੇ 10 ਜੂਨ ਤੋਂ ਜਿਹੜਾ ਵਾ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਜਿਹੜਾ ਵਾ ਉਹ ਸਾਡੇ ਨਾਲ ਵਾਅਦਾ ਕੀਤਾ ਸੀ, ਲੇਕਿਨ ਉਹ ਹਵਾ ਹਵਾਈ ਹੋ ਗਏ। ਅੱਜ 4 ਤੋਂ ਲੈ ਕੇ 6 ਘੰਟੇ ਤੱਕ ਜਿਹੜੀ 5-6 ਘੰਟੇ ਬਿਜਲੀ ਮਿਲ ਰਹੀ ਆ, ਵੱਡੇ ਵੱਡੇ ਜਿਹੜੇ ਪਾਵਰ ਕੱਟ ਲਾਏ ਜਾ ਰਹੇ ਆ ਜਿਹਦੇ ਨਾਲ ਸਾਡੀ ਜਿਹੜੀ ਬਿਜਲੀ ਕੱਟੀ ਜਾਂਦੀ ਉਹ ਸਾਨੂੰ ਕੰਪਨਸੇਟ ਦੇ ਰੂਪ ਦੇ ਵਿੱਚ ਮਿਲਦੀ ਨੀਗੀ। ਅਤੇ ਇਹ ਸਾਰਾ ਕੁਝ ਨਾਲ ਇਹਦੇ ਸੜੇ ਟਰਾਂਸਫਾਰਮਰ ਆ, ਤੇਲ ਚੋਰੀ ਹੋਇਆ ਵਾ ਜਾਂ ਚੋਰੀ ਟਰਾਂਸਫਾਰਮਰ, ਉਹ 8-8, 10-10 ਦਿਨ ਜਿਹੜੇ ਚੜ੍ਹਦੇ ਨਹੀਂ। ਸਬ ਡਿਵੀਜ਼ਨਾਂ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਨੀਗੀ, ਚੈਨ ਰੱਸਾ ਕੁੱਪੀ ਜਿਹੜੀ ਆ ਗੱਡੀ ਦਾ ਕੋਈ ਪ੍ਰਬੰਧ ਨੀਗਾ, ਕਹਿਣ ਨੂੰ ਸਾਰਾ ਕੁਛ ਕਹੀ ਜਾਂਦੇ ਲੇਕਿਨ ਉਹਦਾ ਜਿਹੜਾ ਖਰਚਾ ਵਾ ਖਪਤਕਾਰ ਦੇ ਸਿਰ, ਕਿਸਾਨ ਦੇ ਸਿਰ ਪਾਇਆ ਜਾਂਦਾ। ਵੱਡੇ ਪੱਧਰ 'ਤੇ ਲੁੱਟ ਕੀਤੀ ਜਾਂਦੀ ਆ, ਵੇਰਕਾ ਸਟੋਰ ਦੇ ਵਿੱਚ ਜਿਹੜੀ ਆ ਬਹੁਤ ਵੱਡੀ ਜਿਹੜੀ ਉੱਥੇ ਲੁੱਟ ਹੁੰਦੀ ਆ, ਜਦੋਂ ਸੜੇ ਟਰਾਂਸਫਾਰਮਰ ਖਪਤਕਾਰ ਲੈ ਕੇ ਆਉਂਦਾ ਉਤਾਰਨ ਦੇ ਨਾਂ 'ਤੇ, ਅਤੇ ਉਹ ਗੱਡੀ ਦੇ ਵਿੱਚ ਲੋਡ ਕਰਨ ਦੇ ਨਾਂ 'ਤੇ, ਗੇਟ ਤੋਂ ਬਾਹਰ ਕੱਢਣ ਦੇ ਨਾਂ 'ਤੇ ਬਹੁਤ ਸਾਰੇ ਪੈਸਿਆਂ ਦੀ ਜਿਹੜੀ ਆ ਮੰਗ ਕੀਤੀ ਜਾਂਦੀ ਆ, ਅਤੇ ਕਿਸਾਨ ਨੂੰ ਜਿਹੜਾ ਖੱਜਲ ਖੁਆਰ ਕੀਤਾ ਜਾਂਦਾ। ਇਹ ਮੰਗਾਂ ਲੈ ਕੇ ਅਸੀਂ ਜਿਹੜੀਆਂ ਇੱਥੇ ਲੈ ਕੇ ਆਏ ਹਾਂ, ਇਹਦੇ ਨਾਲ ਜਿਹੜੀਆਂ ਸਬ ਡਿਵੀਜ਼ਨਾਂ ਨਾਲ ਸੰਬੰਧਿਤ ਪਿਛਲੇ ਦਿਨਾਂ 'ਚ ਜਿਹੜੀਆਂ ਸ਼ਿਕਾਇਤਾਂ ਦਿੱਤੀਆਂ ਸੀ ਮੈਂਟੀਨੈਂਸ ਜਾਂ ਹੋਰ ਕੰਮਾਂ ਦੀਆਂ, ਉਹ ਅਜੇ ਜਿਉਂ ਦੀਆਂ ਤਿਉਂ ਜਿਹੜੀਆਂ ਵਾ ਉਹ ਉਸੇ ਤਰ੍ਹਾਂ ਬਰਕਰਾਰ ਆ, ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਾਡੀ ਮੰਗ ਆ ਵੀ ਠੇਕੇਦਾਰੀ ਸਿਸਟਮ ਬੰਦ ਕਰਕੇ ਅਤੇ ਰੈਗੂਲਰ ਭਰਤੀ ਕਰਕੇ ਅਤੇ ਮੁਲਾਜ਼ਮਾਂ ਦੀ ਜਿਹੜੀ ਆ ਪੂਰਤੀ ਕੀਤੀ, ਤਾਂ ਕਿ ਜਿਹੜਾ ਵਾ ਸਾਡਾ ਜਿਹੜਾ ਕੰਮ ਹੈ ਸੁਚਾਰੂ ਢੰਗ ਨਾਲ ਜਿਹੜਾ ਵਾ ਉਹ ਚੱਲ ਸਕੇ। ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ, ਪਾਣੀ ਦੀ ਕਮੀ ਤੋਂ ਬਗੈਰ ਝੋਨਾ ਹੋ ਨਹੀਂ ਸਕਦਾ। ਬਿਲਕੁਲ ਜੀ, ਮੁਸ਼ਕਲਾਂ ਦੇ ਮੁਸ਼ਕਲਾਂ ਵਾ, ਕਿਉਂਕਿ ਜਦੋਂ ਬਿਜਲੀ ਦੇ ਕੱਟ ਲੱਗਦੇ ਆ 5-6 ਘੰਟੇ ਬਿਜਲੀ ਆਉਂਦੀ ਆ, ਉਹਦੇ ਨਾਲ ਸਾਡਾ ਪਾਣੀ ਪੂਰਾ ਹੁੰਦਾ ਨਹੀਂ, ਸਾਨੂੰ ਝੋਨਾ ਵਾਹੁਣ ਲਈ ਅੱਜ ਮਜਬੂਰ ਹੋਣਾ ਪੈ ਰਿਹਾ ਵਾ, ਅਤੇ ਕੰਮ ਜਿਹੜਾ ਮੁਲਾਜ਼ਮਾਂ ਦੀ ਘਾਟ ਕਰਨ ਸਾਡਾ ਟਰਾਂਸਫਾਰਮਰ ਸੜ ਜਾਂਦਾ ਅਤੇ 8-10 ਦਿਨ ਉਹਨੂੰ ਜਿਹੜਾ ਵਾ ਉਹ ਲੱਗ ਜਾਂਦੇ ਸਟੋਰਾਂ ਦੇ ਵਿੱਚ। ਪਤਾ ਕਰੋ ਜਾ ਕੇ, ਉਹ ਤੁਸੀਂ ਵੇਖੋਗੇ ਉੱਥੇ ਸਟੋਰਾਂ ਦੇ ਵਿੱਚ ਹੈਗੇ ਹੀ ਨਹੀਂ ਕਿ ਟਰਾਂਸਫਾਰਮਰ, ਉਹ ਕਹਿੰਦੇ ਸਾਡੇ ਕੋਲ ਹੈ ਹੀ ਕੁਛ ਨੀਗਾ। ਉਹਦੇ ਨਾਲ ਜਿਹੜੀ ਕਿਸਾਨ ਦੀ ਲੁੱਟ ਕੀਤੀ ਜਾਂਦੀ ਆ, ਸਾਡੀ ਆ ਵੀ ਨਿਰਵਿਘਨ ਜਿਹੜੀ ਆ 8 ਘੰਟੇ ਸਪਲਾਈ ਦਿੱਤੀ ਜਾਵੇ, 16 ਘੰਟੇ ਦਾ ਪ੍ਰਬੰਧ ਕੀਤਾ ਜਾਵੇ, ਅਤੇ 24 ਘੰਟੇ ਦੇ ਵਿੱਚ ਜਿਹੜੇ ਸੜੇ ਦੇ ਚੋਰੀ ਹੋਏ ਟਰਾਂਸਫਾਰਮਰ ਆ ਉਹ ਚੜ੍ਹਾਏ ਜਾਣ। ਉਹਨਾਂ ਚੋਰੀ ਹੋਏ ਟਰਾਂਸਫਾਰਮਰਾਂ ਦੀ ਤੇਲ ਦੀ ਜਿਹੜੀ ਆ ਜੇਈ ਜਿਹੜਾ ਵਾ ਖੁਦ ਉਹ ਰਿਪੋਰਟ ਕਰਕੇ ਅਤੇ ਤੁਰੰਤ ਜਿਹੜਾ ਵਾ ਉਹ ਤੇਲ ਪਾਇਆ ਜਾਵੇ। ਆ ਇੱਕ ਨਵਾਂ ਫਰਮਾਨ ਸਾਨੂੰ ਜਿਹੜਾ ਪਤਾ ਲੱਗਾ ਸਬ ਡਿਵੀਜ਼ਨਾਂ 'ਚੋਂ ਕਿ ਜਦੋਂ ਤੇਲ ਚੋਰੀ ਹੋ ਜਾਂਦਾ ਇੱਥੋਂ
तो एफ आई आर भी होती जो तेल चोरी होया अपना खपतकार लैन जाता जा जेई लैन जाता तो उन्होंने गालमे फरमान हों भी पटियाले तो डायरैक्टर की मंजूरी लो फिर तुहानू तेल जिहड़ा मिलेगा 10-20 लीटर जिहड़ा तेल मिलना जा जिन्ना भी पैना वो पहलों पटियाले मंजूरी मिलेगी तो फिर मिलना जिहड़ा इहदों वड्डा होर घातक फैसला जिहड़ा की हो सकता है। जी सर अपना नाम तो डेफिनेशन बता सुखविंदर सिंह पी एस जी सर किसानों का जो विरोध किया जा रहा कितना देख रहे हो इन्हों का असं इन्हों को लैके सारा ये मंग पत्र उपर हाई कमांड तक पहुँचावे जेडे इन्हों के मसले हल होने वाले इतों हल इतने करा जो उत्ते होने वाले मैडम तो सर उन्होंने वो असं अगे भी उपर भेजे हुए हैं जी जो उपर मै पॉलिसी मैटर है वो सरकार ने उत्तर मैनेजमेंट के पूरे करने जो इतने साढ़े करे इतने जरूर मंग पत्र वो मंग पत्र लैके उत्तर भेज दूँगा।